कैबिनेट मंत्री गुलजार सिंह राणे के आज लुधियाना पहुंचे। उन्होंने कहा कि वे लोकसभा चुनाव नहीं लड़ेंगे और साथ ही उन्होंने अमृतसर से लोकसभा सीट के कांग्रेस के उम्मीदवार पूर्व प्रधानमंत्री डॉक्टर मनमोहन सिंह पर टिप्पणी करते हुए कहा कि उन्हें लोगों की मुश्किलों के बारे में कुछ भी नहीं पता। ਸਾਡਾ ਪਹਿਲੀ ਗੱਲ ਤਾਂ ਜਿਹੜਾ ਹਲਕੇਬਾਜ਼ੀ ਮੀਟਿੰਗਾਂ ਦਾ ਸਿਲਸਿਲਾ ਡੇਢ ਕੁ ਮਹੀਨੇ ਤੋਂ ਚੱਲ ਰਿਹਾ ਵੱਖ ਵੱਖ ਵਿੰਗਾਂ ਦਾ, ਇਹ ਤਾਂ ਹੀ ਸ਼ੁਰੂ ਕੀਤਾ ਸੀ ਕਿ 2 ਸਾਲ ਲਗਭਗ ਸਰਕਾਰ ਬਣੀ ਹੋ ਗਈ, ਤੀਸਰਾ ਲੱਗ ਗਿਆ। ਬੜੇ ਵੱਡੇ ਵਾਅਦੇ ਕੀਤੇ ਸੀ, ਉਹ ਜਾਗਰੂਕ ਕਰਨ ਵਾਸਤੇ ਹਲਕੇਬਾਜ਼ੀ ਸਾਡਾ ਐਸ ਸੀ ਵਿੰਗ ਵੱਲੋਂ ਪ੍ਰੋਗਰਾਮ ਬਣਿਆ ਸੀ ਵੱਖ ਵੱਖ ਵਿੰਗਾਂ ਦਾ। ਤਾਂ ਉਸ ਕੜੀ ਵਜੋਂ ਅੱਜ ਇੱਥੇ ਗਾਂਧੀਆ ਸਾਹਿਬ ਦੇ ਹਲਕੇ 'ਚ ਮੀਟਿੰਗ ਜਿਹੜੀ ਰੱਖੀ, ਬਾਕੀ ਉਹ ਇਸੇ ਤਰ੍ਹਾਂ ਨੇ ਚੋਣਾਂ ਵੀ ਡਿਕਲੇਅਰ ਹੋ ਗਈਆਂ ਕੱਲ੍ਹ ਦੀਆਂ ਡੇਟਾਂ ਜਿਹੜੀਆਂ ਆ ਗਈਆਂ। ਹੁਣ ਇਹੋ ਬੇਨਤੀ ਕੀਤੀ ਸਾਰੀ ਸੰਗਤ ਨੂੰ ਵੀ ਆਪਣਾ ਲੇਖਾ ਜੋਖਾ ਆਪਾਂ ਜ਼ਰੂਰ ਮੰਗਣਾ, ਜ਼ਰੂਰ ਲੈਣਾ, ਵੀ ਨਾਲ 51,000 ਜਿਹੜਾ 15,000 ਤੋਂ 51,000 ਦੇਣ ਦੀ ਗੱਲ ਕੀਤੀ ਸ਼ਗਨ ਸਿੰਘ, ਕਿਸੇ ਪਰਿਵਾਰ ਨੂੰ ਨਹੀਂ ਮਿਲਿਆ। ਪਹਿਲੇ 15,000 ਵੀ ਨਹੀਂ ਕਿਸੇ ਨੂੰ ਗਏ, ਕੋਈ ਟਾਵਾਂ ਟਾਵਾਂ ਗਿਆ ਨਹੀਂ, ਤਾਂ ਸਾਰੇ ਉਤਰਾਂ ਚਲੇ। ਪੈਨਸ਼ਨ 500 ਹੀ ਦੇ ਰਹੇ ਸੀ ਅਤੇ ਉਹ 2,500 ਦੀ ਉਹਨਾਂ ਗੱਲ ਕੀਤੀ ਸੀ, ਉਹ 500 ਵੀ ਨਹੀਂ ਅਜੇ ਗਈਆਂ, ਉਹ ਉੱਥੇ ਦੀਆਂ ਉੱਥੇ ਰੁਕੀਆਂ ਪਈਆਂ। 2,500 ਤਾਂ ਜਾਣਾ ਕੀ ਹੁੰਦਾ, ਵਰਦੀਆਂ ਤਾਂ ਬੱਚਿਆਂ ਨੂੰ ਨਹੀਂ ਮਿਲੀਆਂ, ਕਿਤਾਬਾਂ ਨਹੀਂ ਮਿਲੀਆਂ, ਵਜ਼ੀਫੇ ਤੁਹਾਨੂੰ ਪਤਾ ਬੱਚੇ ਐਕਟਾਂ ਸੜਕਾਂ 'ਤੇ ਰਹੇ, ਸਕਾਲਰਸ਼ਿਪਾਂ ਜਿਹੜੀਆਂ ਨੇ। ਇਸ ਕਰਕੇ ਲੇਖਾ ਜੋਖਾ ਮੰਗਣ ਵਾਸਤੇ ਵੀ ਸਾਡੀਆਂ ਚੋਣਾਂ ਹੁਣ ਆ ਰਹੀਆਂ, ਇਹ ਸੈਂਟਰ ਦੀਆਂ ਚੋਣਾਂ ਨੇ ਜਿਹਨਾਂ ਦੇ ਘਰ ਘਰ 6 ਕਰੋੜ ਦੇ ਲਗਭਗ ਪਰਿਵਾਰ ਨੂੰ ਫਰੀ ਕਨੈਕਸ਼ਨ, ਜਿਹੜੇ ਮੋਦੀ ਸਾਹਿਬ ਦਾ ਕੰਮ ਹੀ ਕਿ ਮੇਰਾ ਦੇਸ਼ ਜੋ ਉਹਨਾਂ ਦਾ ਯਾਦ ਹੋਇਆ, ਇੱਕ ਵੀ ਸਿਲੰਡਰ ਕਾਂਗਰਸ ਨਹੀਂ ਦੇ ਸਕੀ। ਉਹਦਾ ਇੱਕ ਸੁਪਨਾ ਸੀ ਕਿ ਗਰੀਬ ਜਿਹੜਾ ਅੱਜ ਬੀਬੀਆਂ ਸਾਡੀਆਂ ਭੈਣਾਂ ਜਾਂ ਮਾਤਾਵਾਂ ਸਤਿਕਾਰਯੋਗ ਬਾਹਰ ਬਾਲਣ ਲੱਕੜੀਆਂ ਤੋੜਨ ਜਾਂਦੀਆਂ, ਚਿੜੀਆਂ ਤੋਂ ਚੁਣ ਚੁਣ ਕੇ ਲਿਆਉਂਦੀਆਂ, ਅਤੇ ਉਹਨਾਂ ਘਰ ਘਰ ਇਹ ਚੀਜ਼ਾਂ ਵੀ ਵਰਤੀਆਂ। ਇਸ ਕਰਕੇ ਕਿਹਾ ਬੇਨਤੀ ਵੀ ਤੁਸੀਂ ਸਾਰੇ ਲੇਖਾ ਜੋਖਾ ਉਹਨਾਂ ਨਾਲ ਗੱਲਾਂ ਵੀ ਕਰੋ, ਉਹਨਾਂ ਕੋਲ ਸਾਬਤਾ ਵੀ ਲਓ, ਅਤੇ ਆਉਣ ਵਾਲੀ ਜਿਹੜੀ ਪਾਰਲੀਮੈਂਟ ਦੀ ਚੋਣ ਹੈ, ਜਿਹੜਾ ਵੀ ਉਮੀਦਵਾਰ ਆਉਂਦਾ, ਜਿੱਤਾਂ ਤੁਸੀਂ ਪੁੱਛਿਆ ਵੀ ਕਿਹਨੂੰ ਦੇ, ਪਾਰਟੀ ਦਾ ਜੇ ਫੈਸਲਾ ਹੋਣਾ, ਮੀਟਿੰਗ ਹੋਏਗੀ, ਉਹਦੇ ਵਿੱਚ ਕੀ ਮਤਲਬ ਫੈਸਲੇ ਹੋਣਗੇ। ਜਿਹੜਾ ਵੀ ਉਮੀਦਵਾਰ ਆਉਂਦਾ, ਕੋਈ ਵੀ ਜਿਹੜਾ ਪਾਰਟੀ ਚੰਗੀ ਸੋਚ ਸਮਝ ਕੇ ਦਊ, ਜਿਹਨੂੰ ਵੀ ਦਿੰਦੀ ਹੈ, ਅਜੇ ਡਿਸੀਜਨ ਜਿਹੜੇ ਨਹੀਂ ਹੋਏ, ਉਹਨੂੰ ਤੁਸੀਂ ਤਗੜੇ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ, ਸ਼੍ਰੋਮਣੀ ਅਕਾਲੀ ਦਲ ਨੂੰ, ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪੰਜਾਬੀਆਂ ਦੀ ਮਾਂ ਪਾਰਟੀ ਹੈ, ਉਹ ਉਮੀਦਵਾਰ ਇੱਥੋਂ ਤਗੜੇ ਹੋ ਕੇ ਜਿਤਾਓ, ਤਾਂ ਕਰਕੇ ਸਾਰਾ ਮਤਲਬ ਉਮੀਦਵਾਰ ਕੋਈ ਵੀ ਆ ਜਾਏ, ਜੇ ਕੋਈ ਫੈਸਲਾ ਜਿਹੜਾ ਉਹ ਨਹੀਂ ਹੋ ਸਕੇ। ਅੱਜ ਸਰਦਾਰ ਗੁਲਜ਼ਾਰ ਸਿੰਘ ਰਣੀਕੇ ਸਾਹਿਬ ਜਿਹੜੇ ਐਸੀ ਵਿੰਗ ਦੇ ਪ੍ਰਧਾਨ ਨੇ, ਕੌਮੀ ਸਾਬਕਾ ਮੰਤਰੀ ਨੇ, ਉਹ ਲੁਧਿਆਣੇ ਵਿੱਚ ਐਸੀ ਵਿੰਗ ਦੀ ਸਰਦਾਰ ਹੀਰਾ ਸਿੰਘ ਗਾਂਧੀ ਸਾਹਿਬ ਦੀ ਦੇਖ ਰੇਖ ਵਿੱਚ ਹਲਕੇ ਵਿੱਚ ਮੀਟਿੰਗ ਸੀ, ਉਹ ਅੱਜ ਮੀਟਿੰਗ ਲੈਣ ਵਾਸਤੇ ਆਏ ਆ। ਅਸੀਂ ਉੱਥੇ ਉਹਨਾਂ ਨੂੰ ਆਉਣ 'ਤੇ ਜੀ ਆਏ, ਕਹਿੰਦੇ ਉਹਨਾਂ ਦਾ ਧੰਨਵਾਦ ਕਰਦਾ। ਦੂਸਰੀ, ਅੱਜ ਲੁਧਿਆਣੇ ਵਿੱਚ ਸਰਦਾਰ ਬਿਕਰਮ ਸਿੰਘ ਵਿਖੇ ਜਿਹੜੀ ਨੌਜਵਾਨਾਂ ਦੀ ਬਹੁਤ ਵੱਡੀ ਇੱਕ ਰੈਲੀ ਹੋਣ ਜਾ ਰਹੀ ਆ, ਉਹ ਵੀ ਆ ਰਹੇ ਨੇ, ਉਹਨਾਂ ਨੂੰ ਵੀ ਇੱਥੇ ਲੁਧਿਆਣੇ ਆਉਣ 'ਤੇ ਜੀ ਆਏ। ਮੈਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਆਉਣ ਵਾਲੀ ਸਰਕਾਰ ਆ, ਜਿਵੇਂ ਪਿਛਲੇ 5 ਸਾਲ ਤੋਂ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਾਡੇ ਦੇਸ਼ ਦਾ ਨਾਂ ਚਮਕਾਇਆ, ਦੇਸ਼ ਦੀ ਸੁਰੱਖਿਆ ਦਾ ਬਹੁਤ ਵਧੀਆ ਉਹਨਾਂ ਨੇ ਪ੍ਰਬੰਧ ਕੀਤਾ, ਤੋ ਇਸੇ ਤਰ੍ਹਾਂ ਹੀ ਮੈਂ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਕਿ ਆਉਣ ਵਾਲਾ ਸਮਾਂ ਜਿਹੜਾ ਵੀ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਉਹਨਾਂ ਨੂੰ ਦੁਬਾਰਾ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਕੇ ਆਪਣੇ ਦੇਸ਼ ਨੂੰ ਸੁਰੱਖਿਅਤ ਰੱਖਣਾ ਚਾਹੀਦਾ।